ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ, ਅੱਜ ਡੀ ਡਿਵੀਜ਼ਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ, ਉਹਦੇ ਸੰਬੰਧ 'ਚ ਕੀਤੀ ਜਾ ਰਹੀ ਹੈ। ਜਿਹੜੀ ਆਪਣੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ AD CP 1 ਮੈਡਮ ਜਿਹੜੇ ਆ, ਉਹਨਾਂ ਦੀਆਂ ਇੰਸਟਰਕਸ਼ਨਾਂ 'ਤੇ ਸਾਡੇ SHO ਮੋਹਿਤ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਔਰ ਇੱਕ ਚੋਰ ਜਿਹੜਾ ਐਕਟਿਵਾ ਚੋਰ ਸੀ ਉਹਨੂੰ ਫੜਿਆ ਸੀ। ਫੜਨ ਤੋਂ ਬਾਅਦ ਉਹਦੇ ਖਿਲਾਫ਼ FIR ਨੰਬਰ 40 ਅੰਡਰ ਸੈਕਸ਼ਨ 302, 303, 2, 217, 2 ਦੇ VNS ਦੇ ਵਿੱਚ ਜਿਹੜਾ FIR ਦਰਜ ਕੀਤੀ ਗਈ ਸੀ, ਜਿਹੜੀਆਂ ਨਵੀਆਂ ਸਾਡੀਆਂ ਸੈਕਸ਼ਨਾਂ ਨੇ। ਔਰ ਉਹਦੇ ਕੋਲ ਗਾਂ ਫਰਦਰ ਜਦੋਂ ਉਹਦਾ ਰਿਮਾਂਡ ਲਿਆ ਗਿਆ, ਉਹਦੀ ਕੋਲ ਪੁੱਛਗਿੱਛ ਕੀਤੀ ਗਈ। ਫਰਦਰ ਪੁੱਛਗਿੱਛ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜਿਹੜੀ ਆਪਣੀ ਕਨਫੈਸ਼ਨ ਕੀਤਾ, ਉਹਦੇ ਵਿੱਚ ਉਹ 8 ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ ਵੱਖ ਥਾਵਾਂ ਚੋਰੀ ਕੀਤੇ ਉਹ ਮੰਨਿਆ। ਔਰ ਉਹ ਅਸੀਂ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੋਰਸਿੰਗ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਮੁਤਾਬਕ ਜਿਹੜੇ ਅਸੀਂ ਉਹ ਰਿਕਵਰ ਕੀਤੇ ਆ। ਟੋਟਲ ਇਸ ਆਪਣਾ ਮੁਕੱਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕ ਸਿੰਘ ਏਲੀਅਸ ਭੋਜਾ ਜਿਹੜਾ ਦੋਸ਼ੀ ਆ ਇਹਨੂੰ ਅਰੈਸਟ ਕੀਤਾ। ਇਹ ਅਜੇ ਤਾਂ ਇੰਨੇ ਸਾਰੇ ਵਹੀਕਲ ਦੇਖੋ ਇੱਕੋ ਜਗ੍ਹਾ 'ਤੇ ਡੰਪ ਕੀਤੇ ਹੋਏ ਸੀ ਟੋਟਲ ਜਿਹੜੇ ਆ, ਕਿਉਂਕਿ ਇਹਦੇ ਖਿਲਾਫ਼ ਪਹਿਲਾਂ ਵੀ ਵੈਸੇ ਮੁਕੱਦਮੇ ਦਰਜ ਹੈਗੇ ਆ, 3 ਪਰਚੇ ਪਹਿਲਾਂ ਇਹਦੇ ਖਿਲਾਫ਼ ਦਰਜ ਆ ਚੋਰੀ ਦੇ ਹੀ ਔਰ ਵਹੀਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਹੈ। ਉਹ ਹੁਣ ਗਾਂ ਫਰਦਰ ਇਹਦੇ ਕੋਲ ਪੁੱਛਗਿੱਛ ਕਰ ਰਹੇ ਹਾਂ ਜੀ ਵੀ ਪਹਿਲੇ ਜਿਹੜੇ ਮੁਕੱਦਮੇ ਜਿਹੜੇ ਇਹਦੇ ਖਿਲਾਫ਼ ਦਰਜ ਹੋਏ ਜਾਂ ਜਿਹੜੀ ਰਿਕਵਰੀ ਹੋਈ ਉਹ ਕਿੱਥੇ ਕਿੱਥੇ ਵੇਚੇ ਸੀ ਇਹਨੇ। ਫਿਲਹਾਲ ਜਿਹੜੇ 9 ਮੋਟਰਸਾਈਕਲ ਆਪਣੇ ਕੋਲ ਇਹਦੇ ਕੋਲ 9 ਵਹੀਕਲ ਰਿਕਵਰ ਹੋਏ ਨੇ, ਇੱਕ ਤਾਂ ਇਹਦੇ ਕੋਲੋਂ ਪਹਿਲੇ ਦਿਨ ਰਿਕਵਰ ਹੋ ਗਿਆ ਸੀ, 8 ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ 'ਤੇ ਡੰਪ ਕੀਤੇ ਸੀ। ਭੱਠਾ ਆ ਉੱਥੇ ਬੇਬਾਦ ਬੰਦ ਪਿਆ ਭੱਠਾ ਆ ਸੋਰਸਿੰਗ ਵਾਲੇ, ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਪ ਕੀਤੇ ਹੋਏ ਸੀ। ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਔਰ ਨਾਲ ਨਾਲ ਦੇ ਸਾਰੇ ਏਰੀਆ ਦੇ ਵਿੱਚ ਵਾਰਦਾਤਾਂ ਕੀਤੀਆਂ ਜੀ। ਬਾਕੀ ਉਸ ਫਰਦਰ ਆਪਾਂ ਇਹਦੇ ਕੋਲ ਇੰਟੈਰੋਗੇਸ਼ਨ ਕਰ ਰਹੇ ਹਾਂ ਇਹਦੀ ਵੀ ਇਹਨੇ ਕਿੱਥੋਂ ਕਿੱਥੋਂ ਚੋਰੀ ਕੀਤੀ। ਹਾਂਜੀ, 3 ਮੁਕੱਦਮੇ ਇਹਦੇ ਖਿਲਾਫ਼ ਪਹਿਲਾਂ ਦਰਜ ਹੈ ਜੀ, ਪਹਿਲਾਂ B Division, C Division ਔਰ RPF ਪੋਸਟ ਜਿਹੜੀ ਆ ਸਾਡੇ ਜੀ ਰੇਲਵੇ ਦੀ, ਉੱਥੇ ਵੀ ਇਹਦੇ ਖਿਲਾਫ਼ ਪਰਚਾ ਦਰਜ ਹੈ। ਅਜੇ ਤਾਂ ਇਹ ਇਕੱਲਾ ਹੀ ਹੈ ਜੀ, ਹੁਣ ਗਾਂ ਹੋ ਸਕਦਾ ਕੋਈ ਦਾ ਸਾਥੀ ਵਿਹਲੀ ਹੋਵੇ ਵੀ, ਉਹ ਆਪਾਂ ਚੈੱਕ ਕਰਾਂਗੇ ਜੀ ਗਾਂ ਦੱਸੀ। ਹੱਦਬੰਦੀ ਸਾਡੀ ਤਾਂ ਸਾਡੀ ਝਵਾਰ ਰੋਡ 'ਤੇ ਵੀ ਹੈਗੀ ਆ ਔਰ ਸਾਡੀ ਤਰਨ ਤਾਰਨ ਰੋਡ 'ਤੇ ਵੀ ਹੈਗੀ ਆ, ਸੁਲਤਾਨਗੰਡ ਵੀ, ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ, ਐਸਕੇਪ ਰੂਟ ਥਾਣੀ ਜਿਹੜੇ ਛੋਟੇ ਪਿੰਡਾਂ ਦੇ ਥਾਣੀ ਰਸਤੇ ਜਾਂਦੇ ਉੱਧਰੋਂ ਨਿਕਲਣ ਕੋਲ ਜਾਂਦੇ ਆ। ਇਹ ਤੁਹਾਡੀ ਗੱਲ ਠੀਕ ਆ, ਵੈਸੇ ਤਰਨ ਤਾਰਨ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਫੜੇ ਆ ਜਿਹੜੇ ਤਰਨ ਤਾਰਨ ਤੋਂ ਇੱਥੇ ਆ ਕੇ ਚੋਰੀ ਕਰਕੇ ਉਹ ਤਰਨ ਤਾਰਨ ਦੇ ਵਿੱਚ ਹੀ ਮੋਟਰਸਾਈਕਲ ਗਾਂ ਫਰਦਰ ਚਲਾਈ ਜਾਂਦੇ ਪਿੰਡਾਂ ਦੇ ਵਿੱਚ, ਔਰ ਕਾਫੀ ਅਸੀਂ ਪਿਛਲੇ ਦੌਰਾਨ ਵੀ ਅਸੀਂ ਅਰਸੇ ਦੌਰਾਨ ਵੀ ਰਿਕਵਰੀ ਕੀਤੀ ਸੀ। ਅਤੇ ਇਹ ਵੀ ਵੈਸੇ ਉੱਧਰ ਦਾ ਹੀ ਰਹਿਣ ਵਾਲਾ ਆ ਬੇਸਿਕਲੀ, ਔਰ ਮੋਟਰਸਾਈਕਲ ਵੀ ਉੱਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੋਰਸਿੰਗ ਵਾਲਾ ਜਿਹੜਾ ਭੱਠੇ ਦੇ ਉੱਤੇ ਡੰਪ ਕੀਤੇ ਹੋਏ ਸੀ ਉੱਥੋਂ ਗਾਂ ਇਹਨੇ ਫਰਦਰ ਵੇਚਣੇ ਹੀ ਸੀ ਕਿਸੇ ਨਾ ਕਿਸੇ ਨੂੰ, ਔਰ ਆਪਾਂ ਗਾਂ ਇਹਦੀ ਪੁਛਗਿੱਛ ਦੇ ਦੌਰਾਨ ਇੰਟੈਰੋਗੇਸ਼ਨ ਦੇ ਵਿੱਚ ਚੈੱਕ ਕਰਾਂਗੇ ਜੀ। ਇਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ। ਬੈਕਗਰਾਊਂਡ ਇਹ ਬੇਸਿਕਲੀ ਦੇਖੋ ਜਿਹੜਾ ਹੁਣ ਤੱਕ ਅਸੀਂ ਇਹਦੇ ਕੋਲ ਪੁੱਛਗਿੱਛ ਕੀਤੀ ਹੈ ਵਿਹਲੜ ਹੈਗਾ, ਔਰ ਇਹ ਸਿਰਫ ਇਹਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਮੁਕੱਦਮੇ 'ਚ ਇਹਦੇ ਅਰੈਸਟ ਪਾ ਕੇ ਇਹਨੂੰ ਜੇਲ੍ਹ ਭੇਜਿਆ ਗਿਆ, ਬੇਲ ਹੋ ਕੇ ਬਾਹਰ ਆਇਆ, ਫਿਰ ਇਹਨੇ ਚੋਰੀ ਕੀਤੀ, ਇਹਦੇ ਖਿਲਾਫ਼ 3 ਮੁਕੱਦਮੇ ਔਲਰੇਡੀ ਪਹਿਲਾਂ ਦਰਜ ਹੈ, ਚੌਥਾ ਇਹ ਦਰਜ ਹੋਇਆ, ਔਰ ਕੋਈ ਕੰਮ ਕਾਰ ਨਹੀਂ ਕਰਦਾ। ਸਿਰਫ ਇਹ ਆ ਵੀ ਜਦੋਂ ਇਹਨੂੰ ਕਿਤੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਵਹੀਕਲ 'ਤੇ ਅੱਗਾ ਫਰਦਰ ਵੇਚਣਾ। ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋਈ ਸਾਹਮਣੇ ਆਈ ਜੀ।